ਇਸ ਤੋਂ ਬਾਅਦ ਯਿਸੂ ਇੱਕ ਵਿਸ਼ੇਸ਼ ਤਿਉਹਾਰ ਲਈ ਯਰੂਸ਼ਲੇਮ ਗਏ। ਯਰੂਸ਼ਲੇਮ ਵਿੱਚ ਇੱਕ ਤਲਾਬ ਹੈ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਬੈਤਸਦਾ ਆਖਦੇ ਹਨ, ਜਿਸ ਦੇ 5 ਦਲਾਨ ਹਨ। ਇਹ ਭੇਡਾਂ ਵਾਲੇ ਦਰਵਾਜ਼ੇ ਦੇ ਨੇੜੇ ਹੈ। ਇਹਨਾਂ ਦਲਾਨਾਂ ਵਿੱਚ ਬਹੁਤ ਸਾਰੇ ਅੰਨੇ, ਲੰਗੜੇ ਅਤੇ ਅਧਰੰਗੀ ਪਾਣੀ ਹਿੱਲਣ ਦੀ ਉਡੀਕ ਵਿੱਚ ਰਹਿੰਦੇ ਸਨ। ਉਹਨਾਂ ਵਿੱਚ ਇੱਕ ਮਨੁੱਖ ਸੀ ਜਿਹੜਾ 38 ਵਰਿਆਂ ਤੋਂ ਬਿਮਾਰ ਸੀ। ਯਿਸੂ ਨੇ ਉਸ ਆਦਮੀ ਨੂੰ ਦੇਖਿਆ ਅਤੇ ਇਹ ਜਾਣ ਕੇ ਕਿ ਉਹ ਬਹੁਤ ਸਮੇਂ ਤੋਂ ਬਿਮਾਰ ਹੈ, ਯਿਸੂ ਨੇ ਉਸ ਨੂੰ ਪੁੱਛਿਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਉਸ ਆਦਮੀ ਨੇ ਉਸ ਨੂੰ ਕਿਹਾ, ਸ਼੍ਰੀਮਾਨ ਜੀ, ਅਜਿਹਾ ਕੋਈ ਨਹੀਂ ਜੋ ਮੇਰੀ ਸਹਾਇਤਾ ਕਰੇ। ਜਦੋਂ ਪਾਣੀ ਹਿਲਾਇਆ ਜਾਂਦਾ ਹੈ ਤਾਂ ਮੈਨੂੰ ਲੈ ਕੇ ਜਾਵੇ। ਮੈਂ ਪਾਣੀ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਮੇਰੇ ਤੋਂ ਪਹਿਲਾਂ ਹੀ ਕੋਈ ਹੋਰ ਅੰਦਰ ਵੜ ਜਾਂਦਾ ਹੈ। ਯਿਸੂ ਨੇ ਉਸ ਨੂੰ ਆਖਿਆ, ਉੱਠ, ਆਪਣਾ ਬਿਸਤਰਾ ਚੁੱਕ ਅਤੇ ਤੁਰ ਫਿਰ। ਉਹ ਤੁਰੰਤ ਚੰਗਾ ਹੋ ਗਿਆ। ਉਸਨੇ ਆਪਣਾ ਬਿਸਤਰਾ ਚੁੱਕਿਆ ਅਤੇ ਚੱਲਣ ਫਿਰਨ ਲੱਗ ਗਿਆ। ਇਹ ਸਬਤ ਦਾ ਦਿਨ ਸੀ, ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਮਨੁੱਖ ਨੂੰ ਆਖਿਆ, ਅੱਜ ਸਬਤ ਦਾ ਦਿਨ ਹੈ ਤੇ ਤੇਰਾ ਬਿਸਤਰਾ ਚੁੱਕਿਆ ਜਾਣਾ ਕੋਈ ਚੰਗੀ ਗੱਲ ਨਹੀਂ। ਪਰ ਉਸਨੇ ਆਖਿਆ, ਉਹ ਮਨੁੱਖ ਜਿਸਨੇ ਮੈਨੂੰ ਚੰਗਾ ਕੀਤਾ ਸੀ, ਉਸਨੇ ਮੈਨੂੰ ਕਿਹਾ, ਆਪਣਾ ਬਿਸਤਰਾ ਚੁੱਕ ਤੇ ਤੁਰ ਫਿਰ। ਯਹੂਦੀਆਂ ਨੇ ਉਸਨੂੰ ਪੁੱਛਿਆ, ਉਹ ਆਦਮੀ ਕੌਣ ਹੈ ਜਿਸਨੇ ਤੈਨੂੰ ਆਖਿਆ ਕਿ ਤੂੰ ਆਪਣਾ ਬਿਸਤਰਾ ਚੁੱਕ ਤੇ ਤੁਰ ਫਿਰ? ਪਰ ਜੋ ਆਦਮੀ ਚੰਗਾ ਕੀਤਾ ਗਿਆ ਸੀ, ਉਸਨੂੰ ਇਹ ਨਹੀਂ ਸੀ ਪਤਾ ਕਿ ਉਹ ਕੌਣ ਹੈ। ਉੱਥੇ ਬਹੁਤ ਸਾਰੇ ਲੋਕ ਸਨ ਅਤੇ ਯਿਸੂ ਉਹਨਾਂ ਵਿੱਚੋਂ ਜਾ ਚੁੱਕਿਆ ਸੀ। ਬਾਅਦ ਵਿੱਚ ਯਿਸੂ ਉਸਨੂੰ ਮੰਦਰ ਵਿੱਚ ਮਿਲਿਆ ਅਤੇ ਉਸਨੂੰ ਆਖਿਆ, ਵੇਖ, ਹੁਣ ਤੂੰ ਚੰਗਾ ਹੋ ਗਿਆ ਹੈ, ਹੁਣ ਤੂੰ ਪਾਪ ਨਾ ਕਰੀ, ਨਹੀਂ ਤਾਂ ਤੇਰੇ ਨਾਲ ਹੋਰ ਵੀ ਵੱਡੀ ਗੱਲ ਵਾਪਰ ਸਕਦੀ ਹੈ। ਤਦ ਉਹ ਮਨੁੱਖ ਵਾਪਸ ਯਹੂਦੀਆਂ ਕੋਲ ਗਿਆ ਅਤੇ ਉਹਨਾਂ ਨੂੰ ਆਖਿਆ, ਜਿਸਨੇ ਮੈਨੂੰ ਚੰਗਾ ਕੀਤਾ ਸੀ ਉਹ ਯਿਸੂ ਸੀ।